ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਧਰਨੇ ਤੇ ਬੈਠੀਆਂ ਹੋਈਆਂ ਨੇ ਤੇ ਅੱਜ ਹੁਸ਼ਿਆਰਪੁਰ 'ਚ ਕਿਸਾਨ ਜਥੇਬੰਦੀਆਂ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹੁਸ਼ਿਆਰਪੁਰ ਤੋਂ ਸਿੱਖ ਮੁਸਲਿਮ ਦਲਿਤ ਈਸਾਈ ਸਾਂਝਾ ਫਰੰਟ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਬੋਲਦਿਆਂ ਸਾਂਝਾ ਫਰੰਟ ਦੇ ਆਗੂਆਂ ਨੇ ਕਿਹਾ ਕਿ ਫਰੰਟ ਵੱਲੋਂ ਸਮੇਂ ਸਮੇਂ 'ਤੇ ਅੱਤਿਆਚਾਰਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਅਤੇ ਹੁਣ ਫਰੰਟ ਵੱਲੋਂ ਕਿਸਾਨਾਂ ਦੇ ਸੰਘਰਸ਼ 'ਚ ਵੀ ਉਹਨਾਂ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇਗਾ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਜਿਹੇ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਰੋਸ ਧਰਨਾ ਜਾਰੀ ਰਹੇਗਾ ਉਦੋਂ ਤੱਕ ਫਰੰਟ ਵੱਲੋਂ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਜਾਂਦਾ ਰਹੇਗਾ ਅਤੇ ਕਿਸਾਨਾਂ ਦੇ ਹਰ ਸੰਘਰਸ਼ 'ਚ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਹੁਸ਼ਿਆਰਪੁਰ ਤੋਂ ਸਮਾਜ ਸੇਵਿਕਾ ਮੈਡਮ ਇੰਦਰਜੀਤ ਕੌਰ ਨੰਦਨ ਵੱਲੋਂ ਵੀ ਕਿਸਾਨਾਂ ਨੂੰ ਮਾਇਕ ਸਹਾਇਤਾ ਵਜੋਂ ਕੁਝ ਰਾਸ਼ੀ ਭੇਟ ਕੀਤੀ ਗਈ। ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਯਪ ਦੀ ਰਿਪੋਰਟ। ਪ੍ਰਧਾਨ ਜੀ, ਅੱਜ ਕਿਸਾਨ ਧਰਨੇ ਨੂੰ ਸਾਂਝਾ ਫਰੰਟ ਦਾ ਵੀ ਸਮਰਥਨ ਮਿਲਿਆ, ਕੀ ਕਹਿਣਾ ਚਾਹੋਗੇ? ਅੱਜ ਸਾਂਝਾ ਫਰੰਟ ਸਾਡਾ ਹੁਸ਼ਿਆਰਪੁਰ ਜਿਹੜਾ ਬੜਾ ਯਤਨਸ਼ੀਲ ਆ, ਅੱਜ ਦੀ ਗੱਲ ਮੈਂ ਇਕੱਲੀ ਨਹੀਂ ਕਹਿੰਦਾ, ਸਾਂਝਾ ਫਰੰਟ ਸਾਨੂੰ ਹਰ ਇੱਕ ਜਿਹੜਾ ਵਕਤ ਪੈਂਦਾ ਸਾਡੇ ਨਾਲ ਹੁੰਦੇ ਆ। ਸਾਡੇ 'ਤੇ ਇੱਕ ਕਿਸਮ ਦਾ ਕਿਸਾਨਾਂ 'ਤੇ ਵਕਤ ਆ, ਔਖੀ ਘੜੀ ਆ, ਜਿਹੜੀ ਔਖੀ ਘੜੀ ਦੇ ਵਿੱਚ ਜਦੋਂ ਕੋਈ ਸਾਥ ਦੇਵੇ ਨਾ ਜੀ, ਉਹ ਕਣਕੇ ਦਾ ਵੀ ਸਹਾਰਾ ਹੁੰਦਾ। ਅੱਜ ਸਾਂਝੇ ਫਰੰਟ ਨੇ ਇੱਥੇ ਆ ਕੇ, ਸਾਰੇ ਉਹਨਾਂ ਦੇ ਨੁਮਾਇੰਦਿਆਂ ਨੇ ਆ ਕੇ ਸਾਡਾ ਜਿਹੜਾ ਮਲੋਬਲ ਸੀਗਾ ਉਹ ਉੱਚਾ ਚੱਕ ਦਿੱਤਾ। ਅੱਜ ਸਾਨੂੰ ਕੋਈ ਕਮੀ ਨਹੀਂ, ਅਸੀਂ ਥਾਂ ਥਾਂ ਧਰਨਿਆਂ 'ਤੇ ਬੈਠੇ ਹਾਂ, ਲਾਚੋਵਾਲ ਵੀ ਬੈਠੇ ਹਾਂ, ਇੱਥੇ ਵੀ ਬੈਠੇ ਹਾਂ, ਸਾਰੇ ਥਾਂ ਹੀ ਬੈਠੇ ਹਾਂ। ਪਰ ਅੱਜ ਮੇਰਾ ਦਿਲ ਇੰਨਾ ਖੁਸ਼ ਸੀਗਾ ਵੀ ਅਸੀਂ ਹੁਣ ਜਿਹੜਾ ਹੁਸ਼ਿਆਰਪੁਰ ਦਾ ਧਰਨਾ, ਇਹ ਤਾਂ ਮੈਂ ਲਾਚੋਵਾਲੋਂ ਆਇਆ 3 ਦਿਨ ਲਈ, ਪਰ ਇੱਥੇ ਮੈਨੂੰ ਹੁਣ ਐਡੀ ਨਹੀਂ ਕਮੀ ਨਹੀਂ ਦਿਸੀ। ਉਹ ਕਮੀ ਚੌਰੀ ਸਾਹਿਬ ਸਾਰੇ ਇਹਨਾਂ ਦੇ ਸਾਂਝੇ ਫਰੰਟ ਦੇ ਆਗੂ ਜਿਨ੍ਹਾਂ ਨੇ ਪੂਰੀ ਕਰ ਦਿੱਤੀ ਆ, ਕਿਉਂਕਿ ਸਾਡੇ ਨੁਮਾਇੰਦੇ ਚੰਡੀਗੜ੍ਹ ਗਏ ਹੋ ਆ, ਹਰਪਾਲ ਸਿੰਘਾ ਜੀ ਅਤੇ ਉਹਨਾਂ ਦੇ ਨਾਲ ਨੇ ਕਿਸਾਨ ਆਗੂ, ਅਤੇ ਮਨ 'ਚ ਸੀ ਵੀ ਅਸੀਂ ਇੱਥੇ ਰਹੀਏ, ਪਰ ਅੱਜ ਕੋਈ ਕਮੀ ਨਹੀਂ, ਬਹੁਤ ਦਿਲ ਖੁਸ਼ ਆ ਵੀ ਅਸੀਂ ਲੜਾਈ ਇਹ ਜਿੱਤਾਂਗੇ। ਕਿਉਂਕਿ ਇੱਕ ਜਿਸ ਦਿਨ ਸਾਡੀ ਆਪਣੀ ਬੇਟੀ ਮਨੀਸ਼ਾ ਯੂਪੀ ਸਰਕਾਰ ਦੇ ਜਿਹੜੇ ਉੱਥੇ ਗੁੰਡੇ ਸੀ ਉਹਨੇ ਉਹਦਾ ਬਲਾਤਕਾਰ ਕੀਤਾ, ਕਤਲ ਕੀਤਾ, ਰੀੜ੍ਹ ਦੀ ਹੱਡੀ ਤੋੜੀ, ਜੀ ਵੱਡੀ, ਅਸੀਂ ਉਹ 'ਚ ਵੀ ਵੱਡਾ ਇਕੱਠਿਆਂ ਹੋ ਕੇ ਕੀਤਾ ਸੀ। ਅਤੇ ਜਿਸ ਦਿਨ ਅਸੀਂ ਸੋਮ ਪ੍ਰਕਾਸ਼ ਨੂੰ ਭਜਾਇਆ ਸੀ ਅੰਬਰ ਹੋਟਲ 'ਚੋਂ, ਅਤੇ ਉਦਣ ਵੀ ਸਾਂਝੇ ਫਰੰਟ ਨੇ ਅਸੀਂ ਇਕੱਠਿਆਂ ਨੇ ਕੀਤਾ। ਅਸੀਂ ਸਾਂਝੇ ਫਰੰਟ ਨੂੰ ਤਾਂ ਜੇ ਅਸੀਂ ਮਾੜਾ ਜਿਹਾ ਸੁਨੇਹਾ ਭੇਜ ਦਈਏ ਨਾ ਜੀ, ਉਹ ਸਾਡੇ ਕੋਲ ਬਹੁਤ ਦੌੜ ਕੇ ਆਉਂਦੇ ਆ। ਮੈਂ ਹੁਣ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਹਾਡਾ ਮੋਰਚਾ ਇਹ ਜਿਹੜਾ ਇਹ ਪ੍ਰਧਾਨ ਜੀ, ਸਮਾਜ ਸੇਵਕ ਨੇ ਇਹ ਭੈਣ ਇੰਦਰਜੀਤ ਨੰਦਨ ਜੀ ਉਹਨਾਂ ਵੱਲੋਂ ਵੀ ਮਾਈਕ ਸਹਾਇਤਾ ਭੇਜੀ ਗਈ ਆ। ਹਾਂਜੀ, ਉਹਨਾਂ ਨੇ 5,000 ਰੁਪਇਆ ਜਿਹੜੀ ਮਾਈਕ ਸਹਾਇਤਾ ਭੇਜੀ ਆ, ਅਤੇ ਅਸੀਂ ਤਾਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹ ਹੈਂਡੀਕੈਪਟ ਆ, ਦੇਖੋ ਉਸ ਲੜਕੀ ਦਾ ਵੀ ਕਿਹੜੇ ਲਫਜ਼ਾਂ ਨਾਲ ਅਸੀਂ ਧੰਨਵਾਦ ਕਰ ਸਕਦੇ ਹਾਂ ਉਹਦਾ, ਵੀ ਉਹ ਵਿਚਾਰੀ ਚੱਲਦੀ ਮਸੀ ਆ, ਕਿੱਡੀ ਸਮਾਜ ਸੇਵਕ ਲੜਕੀ ਆ, ਜਿਹਨੇ ਕਿਸਾਨ ਮੋਰਚੇ ਨੂੰ ਤਾਂ ਚੱਕਣ ਲਈ ਇਹ 5,000 ਨਹੀਂ, ਇਹ 5 ਲੱਖ ਤੋਂ ਵੀ ਉੱਪਰ ਆ ਉਹਦਾ, 5 ਲੱਖ ਤੋਂ। ਪ੍ਰਧਾਨ ਜੀ, ਸਮੇਂ ਸਮੇਂ 'ਤੇ ਤੁਸੀਂ ਚੌਧਰੀ ਸਾਹਿਬ ਯਤਨਸ਼ੀਲ ਰਹਿੰਦੇ ਹੋ, ਜਦੋਂ ਵੀ ਕੋਈ ਜ਼ੁਲਮ ਹੁੰਦਾ ਦੇਸ਼ ਦੇ ਵਿੱਚ, ਕੋਈ ਜਾ ਘਟਨਾ ਵਾਪਰਦੀ ਆ, ਅੱਜ ਕਿਸਾਨੀ ਧਰਨੇ 'ਚ ਵੀ ਪਹੁੰਚੇ ਹੋ ਸਾਂਝਾ ਫਰੰਟ ਵੱਲੋਂ, ਕੀ ਕਹਿਣਾ ਚਾਹੋਗੇ? ਸਾਂਝਾ ਫਰੰਟ ਦਾ ਮੋਟਿਵ ਇਹ ਆ ਕਿ ਜਿੱਥੇ ਕਿਤੇ ਵੀ ਪੰਜਾਬੀਆਂ 'ਤੇ ਭਾਰਤੀਆਂ 'ਤੇ ਬੇਇਨਸਾਫੀ ਹੁੰਦੀ ਹੈ, ਅਸੀਂ ਉੱਥੇ ਬਿਨਾਂ ਕਿਸੇ ਪੱਖਪਾਤ ਤੋਂ ਵਿਦਾਊਟ ਐਨੀ ਇੰਟਰਸਟ ਅਸੀਂ ਫਰੰਟ 'ਤੇ ਆ ਕੇ ਉਹਨਾਂ ਦੇ ਨਾਲ ਖੜ੍ਹੇ ਹੁੰਦੇ ਹਾਂ, ਤਾਂ ਕਿ ਉਹਨਾਂ ਨੂੰ ਇਹ ਅਹਿਸਾਸ ਕਰਾ ਸਕੀਏ ਕਿ ਤੁਸੀਂ ਬੇਗਾਨੇ ਨਹੀਂ, ਇਸ ਪੰਜਾਬ ਦੇ ਪੰਜਾਬੀ ਹੋ, ਇਸ ਭਾਰਤ ਦੇ ਭਾਰਤੀ ਹੋ। ਇਸ ਕਰਕੇ ਜਦੋਂ ਵੀ ਕਿਤੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਇਸ ਪੰਜਾਬ ਦੇ, ਇਸ ਭਾਰਤ ਦੇ ਕਿਸੇ ਵਰਗ ਨੂੰ ਵੀ ਸਾਡੀ ਜ਼ਰੂਰਤ ਪੈਂਦੀ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹੁੰਦੇ ਹਾਂ। ਅੱਜ ਵੀ ਅਸੀਂ ਇੱਥੇ ਆਏ ਹਾਂ ਰਿਲਾਇੰਸ ਜੂਲਰਸ ਦੇ ਅੱਗੇ, ਕਿਉਂਕਿ ਸਾਡੇ ਜਿਹੜੇ ਕਿਸਾਨ ਵੀਰ ਆ, ਅੱਜ ਉਹਨਾਂ ਦੀ ਚੰਡੀਗੜ੍ਹ ਬੜੀ ਹੰਗਾਮੀ ਮੀਟਿੰਗ ਆ, ਕਿਉਂਕਿ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਸੱਦਾ ਆਇਆ ਗੱਲਬਾਤ ਦੇ ਲਈ। ਕੀ ਲੱਗਦਾ ਪਿਛਲੀ ਵਾਰ ਜਦੋਂ ਕੇਂਦਰ ਸਰਕਾਰ ਵੱਲੋਂ ਸੱਦਾ ਆਇਆ ਸੀਗਾ ਤਾਂ ਇੱਕ ਤਰ੍ਹਾਂ ਨਾਲ ਇਕੱਲੇ ਕਿਸਾਨਾਂ ਦਾ ਨਹੀਂ ਪੂਰੇ ਪੰਜਾਬ ਦਾ ਅਪਮਾਨ ਕੀਤਾ ਗਿਆ ਸੀਗਾ, ਉਹਨਾਂ ਨਾਲ ਸਿੱਧੇ ਤਰੀਕੇ ਨਾਲ ਗੱਲਬਾਤ ਨਹੀਂ ਕੀਤੀ ਗਈ ਸੀ, ਅਤੇ ਕੱਲ੍ਹ ਕੀ ਲੱਗਦਾ ਕੀ ਸਿੱਟਾ ਨਿਕਲੇਗਾ ਮੀਟਿੰਗ ਦਾ? ਦੇਖੋ, ਉਮੀਦ ਤਾਂ ਬਹੁਤੀ ਨਹੀਂ ਹੈ, ਜਿਸ ਤਰ੍ਹਾਂ ਦਾ ਉਹਨਾਂ ਦਾ ਡਿਕਟੇਟਰਸ਼ਿਪ ਜਿਹੜਾ ਸੁਭਾਅ ਆ ਕੇਂਦਰ ਸਰਕਾਰ ਦਾ, ਕਿਉਂਕਿ ਮੈਂ ਬੜੀ ਹੈਰਾਨੀ ਹੁੰਦੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਕੱਲੇ ਇੱਕ ਪਾਰਟੀ ਦਾ ਨਹੀਂ ਹੁੰਦਾ,
ਉਹ ਪੂਰੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਜਾਂਦਾ ਜਦੋਂ ਵੋਟਾਂ ਤੋਂ ਬਾਅਦ ਉਹਨਾਂ ਨੇ ਸਹੁੰ ਚੱਕਣੀ ਹੁੰਦੀ। ਪਰ ਬਿਹਾਰ ਦੇ ਵਿੱਚ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਇੱਕ ਪ੍ਰਧਾਨ ਮੰਤਰੀ ਦੀ ਜਿਹੜੀ ਗਰਮਾ ਨੂੰ ਨੁਕਸਾਨ ਪਹੁੰਚਾਇਆ, ਇਹ ਉੱਥੇ ਬਿਆਨ ਦੇ ਕੇ ਕਿ ਜੀ ਮੈਂ ਨਾ 370 ਬਹਾਲ ਕਰਨੀ ਅਤੇ ਨਾ ਮੈਂ ਕਾਲੇ ਕਾਨੂੰਨ ਵਾਪਸ ਲੈਣੇ, ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦੀ ਗੱਦੀ ਦਾ ਜਿਹੜਾ ਨਾ ਅਪਮਾਨ ਆ, ਪ੍ਰਧਾਨ ਮੰਤਰੀ ਦੇ ਅਹੁਦੇ ਦੀ ਗਰਮਿਆਂ ਦਾ ਅਪਮਾਨ ਆ। ਸੋ ਅਸੀਂ ਇਹ ਉਮੀਦ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ, ਤੁਸੀਂ ਇਕੱਲੇ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ ਆ, ਤੁਸੀਂ ਅਡਾਨੀ ਅਤੇ ਅੰਬਾਨੀ ਦੇ ਪ੍ਰਧਾਨ ਮੰਤਰੀ ਨਹੀਂ, ਤੁਸੀਂ ਦੇਸ਼ ਦੇ 135 ਕਰੋੜ ਔਰ ਪੰਜਾਬ ਦੇ 3.25 ਕਰੋੜ ਲੋਕਾਂ ਦੇ ਵੀ, ਕਿਸਾਨਾਂ ਦੇ ਮਜ਼ਦੂਰਾਂ ਦੇ ਪ੍ਰਧਾਨ ਮੰਤਰੀ ਆ। ਇਸ ਕਰਕੇ ਜਿਹੜੇ ਪਹਿਲੀ ਵਾਰ ਤੁਸੀਂ ਅਪਮਾਨ ਕੀਤਾ ਸੀਗਾ, ਕਿਸਾਨਾਂ ਨੂੰ ਬੁਲਾ ਕੇ ਇੱਕ ਸੈਕਟਰੀ ਪੱਧਰ ਦੀ ਤੁਸੀਂ ਮੀਟਿੰਗ ਕਰਾ ਕੇ ਅਪਮਾਨ ਕੀਤਾ, ਅਸੀਂ ਜਿਹੜਾ ਚਾਹੁੰਦੇ ਨਹੀਂ ਆ ਕਿ ਹੁਣ ਦੁਬਾਰਾ ਜੇ ਤੁਸੀਂ ਸੱਦਾ ਪੱਤਰ ਤੁਹਾਡੇ ਖੇਤੀਬਾੜੀ ਮਨਿਸਟਰ ਨਰਿੰਦਰ ਤੋਮਰ ਨੇ ਦਿੱਤਾ, ਕਿਰਪਾ ਕਰਕੇ ਕਿਸਾਨਾਂ ਦੀ ਜਿਹੜੀ ਗੱਲ ਆ ਉਹਨੂੰ ਸੁਣੋ, ਔਰ ਉਹ ਜੇ ਮੰਗ ਕਰਦੇ ਆ ਕਿ ਕਾਲੇ ਕਾਨੂੰਨ ਤਿੰਨੋਂ ਰੱਦ ਕਰਕੇ ਚੌਥਾ ਬਿਜਲੀ ਸੁਧਾਰ ਬਿੱਲ ਵੀ ਰੱਦ ਕੀਤਾ ਜਾਵੇ, ਤਾਂ ਇਹ ਰੱਦ ਕਰਕੇ ਉਹਨਾਂ ਨੂੰ ਦੀਵਾਲੀ ਦਾ ਤੋਹਫਾ ਦਿਓ, ਤਾਂ ਕਿ ਕਿਸਾਨ ਆਪਣੀਆਂ ਸੜਕਾਂ ਤੋਂ, ਧਰਨਿਆਂ ਤੋਂ ਉੱਠ ਕੇ ਬੱਚਿਆਂ ਸਮੇਤ ਅਤੇ ਆਪਣੀ ਉਹ ਦੀਵਾਲੀ ਮਨਾਉਣ, ਬੰਦੀ ਛੋੜ ਦਿਵਸ ਮਨਾਉਣ, ਔਰ ਨਾਲ ਬਾਬੇ ਨਾਨਕ ਜੀ ਦਾ ਗੁਰਪੁਰਬ ਆ ਰਿਹਾ ਉਹਨੂੰ ਵੀ ਉਹ ਖੁਸ਼ੀਆਂ ਦੇ ਨਾਲ ਮਨਾਉਣ, ਇਹ ਉਹ ਉਮੀਦ ਕਰਦੇ ਆ। ਔਰ ਸਾਂਝਾ ਫਰੰਟ ਵੀ ਇਹ ਉਮੀਦ ਕਰਦਾ ਕਿ ਪ੍ਰਧਾਨ ਮੰਤਰੀ ਇਸ ਗੱਲ 'ਤੇ ਵਿਚਾਰ ਕਰਕੇ ਨਰਿੰਦਰ ਤੋਮਰ ਨੂੰ ਇਹ ਨਿਰਦੇਸ਼ ਦੇਣਗੇ ਖੇਤੀਬਾੜੀ ਮੰਤਰੀ ਨੂੰ ਕਿ ਕਾਲੇ ਕਾਨੂੰਨ ਜਿਹੜੇ ਆ ਰੱਦ ਕਰਕੇ ਕਿਸਾਨਾਂ ਨੂੰ ਇੱਕ ਦੀਵਾਲੀ ਦਾ ਤੋਹਫਾ ਦੇ ਕੇ ਘਰ ਤੋਰਿਆ ਜਾਵੇ।